ਪੰਜਾਬ ਦੇ ਵਿੱਚ ਬੱਸਾਂ ਦੇ ਡਰਾਈਵਰਾਂ ਵੱਲੋਂ ਅਤੇ ਕੰਡਕਟਰਾਂ ਵੱਲੋਂ ਇੱਕ ਨਵਾਂ ਨਿਯਮ ਹੈ ਜਿਹੜਾ ਲਾਗੂ ਕੀਤਾ ਗਿਆ ਕਿ ਜਿੰਨੀ ਬੱਸ ਦੇ ਵਿੱਚ ਸੀਟਾਂ ਉਪਲਬਧ ਹੋਣਗੀਆਂ ਉਨੀਆਂ ਹੀ ਸਵਾਰੀਆਂ ਜਿਹੜੇ ਬੱਸਾਂ ਦੇ ਵਿੱਚ ਚਾੜੇ ਜਾਣਗੀਆਂ। ਉਹਨੂੰ ਲੈ ਕੇ ਜਿਹੜਾ ਆਮ ਪਬਲਿਕ ਦੇ ਵਿੱਚ ਕਿੰਨਾ ਕੁ ਰੋਸ ਹੈ, ਕਿੰਨਾ ਕੁ ਜਿਹੜੇ ਤਕਲੀਫ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸ ਮੌਜੂਦਾ ਭਵਾਨੀਗੜ੍ਹ ਦੇ ਵਿੱਚ ਬਠਿੰਡਾ ਟੂ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਸਵਾਰੀਆਂ ਨੂੰ ਜਿਹੜਾ ਬੱਸਾਂ ਦਾ ਇੰਤਜ਼ਾਰ ਹੈ ਜਿਹੜਾ ਕਰਨਾ ਪੈ ਰਿਹਾ। ਸੋ ਲੋਕ ਹੈ ਜਿਹੜੇ ਪਰੇਸ਼ਾਨ ਵੀ ਕਿੰਨਾ ਹੋ ਰਹੇ ਨੇ ਭਵਾਨੀਗੜ੍ਹ ਦੇ ਨਵੇਂ ਬੱਸ ਸਟੈਂਡ ਦੇ ਵਿੱਚ ਮੌਜੂਦ ਆ। ਸੋ ਪ੍ਰਸ਼ਾਸਨ ਵੀ ਜਿਹੜਾ ਮੌਜੂਦ ਹੈ, ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਘਟਨਾ ਉਹ ਨਾ ਹੋਵੇ। ਸੋ ਲੋਕ ਨੇ ਜਿਹੜੇ ਆਪਾਂ ਦੇਖ ਸਕਦੇ ਹਾਂ ਕੰਡਕਟਰਾਂ ਦੇ ਨਾਲ ਵੀ ਜਿਹੜੇ ਲੜਦੇ ਨੇ ਉਹ ਸਾਹਮਣੇ ਆ ਰਹੇ ਨੇ। ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਹੈ ਕਿਸ ਤਰ੍ਹਾਂ ਜਿਹੜਾ ਧੱਕੇ ਨਾਲ ਬੱਸਾਂ ਦੇ ਵਿੱਚ ਚੜ੍ਹ ਰਹੇ ਨੇ। ਸੋ ਕੰਡਕਟਰ ਵੱਲੋਂ ਵੀ ਪੂਰਾ ਜਿਹੜਾ ਧਿਆਨ ਰੱਖਿਆ ਜਾ ਰਿਹਾ ਕਿ ਬੱਸਾਂ ਦੇ ਵਿੱਚ ਜ਼ਿਆਦਾ ਸਵਾਰੀਆਂ ਨੇ ਜਿਹੜੀਆਂ ਨਾ ਚੜ੍ਹਨ। ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਨੇ ਜਿਹੜੇ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ। ਸੋ ਦੇਖ ਸਕਦੇ ਹੋ ਆਪਾਂ ਗੱਲਬਾਤ ਵੀ ਕਰਦੇ ਹਾਂ ਲੋਕਾਂ ਦੇ ਨਾਲ। ਹਾਂਜੀ ਭਾਅ ਜੀ, ਕਿੰਨਾ ਕੁ ਸਮਾਂ ਹੋ ਗਿਆ ਉਰੇ ਖੜੇ ਨੂੰ? ਮੈਨੂੰ ਤਕਰੀਬਨ ਸਵੇਰੇ 7:30 ਵਜੇ ਦਾ ਖੜੇ ਜੀ। ਜੀ, ਕਿੱਥੇ ਜਾਣਾ ਸੀ ਤੁਸੀਂ? ਮੈਂ ਤਾਂ ਉਰੇ ਭਵਾਨੀ ਲੋਕਲ ਕੰਮ ਕਰਦਾ ਜੀ, ਬੱਸ ਸਟੈਂਡ ਦੇ ਉੱਤੇ। ਓਕੇ ਓਕੇ, ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਉਰੇ ਲੋਕਾਂ ਨੂੰ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਾਨੂੰਨ ਤੋਂ ਬਾਅਦ? ਮੁਸ਼ਕਲਾਂ ਤਾਂ ਵੀਰ ਜੀ ਇੰਨੀਆਂ ਵੀ, ਜਿਹੜੇ ਸਰਕਾਰ ਵੱਲੋਂ ਹੁਕਮ ਦਿੱਤੇ ਜਾਂਦੇ ਨੇ, ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਵੀ 52 ਸਵਾਰੀਆਂ ਗੱਡੀ ਦੇ ਵਿੱਚ ਅਲਾਊਡ ਨੇ, 52 ਸਵਾਰੀਆਂ ਬੈਠਣ ਵਿੱਚ ਲੋਕ ਪਰੇਸ਼ਾਨੀ ਇਸ ਕਰਕੇ ਮੰਨਦੇ ਨੇ ਜਿਹਨਾਂ ਡਿਊਟੀ ਜਾਣਾ ਹੁੰਦਾ ਗਾ ਅਤੇ ਉਹਨਾਂ ਦੇ ਜਾਣੇ ਜਾਣਾ ਹੁੰਦਾ, ਬੱਚੇ ਨੇ ਪੜ੍ਹਨ ਜਾਣਾ ਉਹਨਾਂ ਨੇ ਵੀ ਜਾਣਾ, ਜਿਹੜੇ ਮਗੇ ਬੁੜੀਆਂ ਜਿਵੇਂ ਗੁਰਦੁਆਰਾ ਸਾਹਿਬ ਜਾਂਦੀਆਂ ਨੇ, ਅੜੀ ਸਾਹਿਬ ਜਾਂਦੇ ਨੇ ਜਾਂ ਹਰਿਮੰਦਰ ਸਾਹਿਬ ਜਾਂਦੇ ਨੇ, ਜਿਹੜਾ ਉਹਨਾਂ ਵਾਸਤੇ ਕੋਈ ਨਿਯਮ ਬਣਾਇਆ ਜਾਵੇ। ਜਿਵੇਂ ਸਵੇਰੇ ਜੋ ਬੁੜੀਆਂ ਫ੍ਰੀ ਆਧਾਰ ਕਾਰਡ ਨੇ ਉਹਨੂੰ 10 ਵਜੇ ਤੋਂ ਬਾਅਦ ਲਾਗੂ ਕੀਤਾ ਜਾਵੇ, ਵੀ ਜਿਹੜਾ ਸਵੇਰੇ ਡਿਊਟੀ ਵਾਲੇ ਨੇ ਡਿਊਟੀ ਜਾਣਾ ਗਾ ਜਾਂ ਬੱਚੇ ਨੇ ਉਹਨੇ ਪੇਪਰ ਦੇਣ ਜਾਣਾ ਜਾਂ ਸਕੂਲ ਜਾਣਾ, ਵੀ ਕਿਸ ਤਰ੍ਹਾਂ ਵੀ ਉਹ ਬੱਚਿਆਂ ਨੂੰ ਜਾਂ ਮਤਲਬ ਜੋ ਵੀ ਮੁਲਾਜ਼ਮ ਨੇ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ। ਸਾਡਾ ਕਹਿੰਦਾ ਵਾ ਵੀ ਇਹ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਤਾਂ ਉਪਯੋਗ ਵੀ ਜੋ ਵੀ ਇਹ ਨਿਯਮ ਹੈ ਇਹ ਲਾਗੂ ਕੀਤਾ ਜਾਵੇ, ਵੀ ਜੋ ਡਰਾਈਵਰ ਕੰਡਕਟਰ ਨਾਲ ਧੱਕਾ ਖਾਈ ਹੋ ਰਹੀ ਆ ਉਹ ਬੰਦ ਕੀਤੀ ਜਾਵੇ, ਜਿਵੇਂ ਕਿ ਆਡਿਟ ਰਣ ਬਣਾਇਆ ਗਿਆ, ਕਾਨੂੰਨ ਬਣਾ ਰਹੇ ਹੋਗੇ ਆਪਾਂ, ਵੀ ਉਹਦੇ ਮੁਤਾਬਕ ਇਹ ਬਿਲਕੁਲ ਸਹੀ ਚੱਲ ਰਿਹਾ ਹੈਗਾ। ਅਸੀਂ ਇਹੀ ਬੇਨਤੀ ਕਰਾਂਗੇ ਸਰਕਾਰ ਨੂੰ ਵਾਰ ਵਾਰ ਵੀ ਜ਼ਿਆਦਾ ਸਵੇਰੇ ਵੀ ਜਿਹੜੇ ਵੀ ਮੁਲਾਜ਼ਮ ਜਾਂਦੇ ਨੇ ਜਾਂ ਪ੍ਰਾਈਵੇਟ ਗੱਡੀ ਜਾਣ ਜਾਂ ਸਰਕਾਰੀ ਜਾਣ, ਜ਼ਿਆਦਾ ਤੋਂ ਅੱਧਾ ਟਿਕਟ ਲਾਗੂ ਕੀਤਾ ਜਾਵੇ। ਨਹੀਂ, ਤੁਸੀਂ ਸਵੇਰ ਤੋਂ ਉਰੇ ਖੜੇ ਹੋ 7 ਵਜੇ ਦੇ, ਤੁਸੀਂ ਇਹ ਵੀ ਦੇਖਿਆ ਹੋਣਾ ਕਿ ਲੋਕ ਨੇ ਜਿਹੜੇ ਕੰਡਕਟਰਾਂ ਡਰਾਈਵਰਾਂ ਨਾਲ ਵੀ ਲੜਦੇ ਨੇ? ਸਰ ਬਹੁਤ ਲੜਦੇ ਨੇ ਜੀ, ਗੜ ਪੈਂਦੇ ਨੇ ਧੱਕੇ ਨਾਲ। ਪਹਿਲਾਂ 120 ਸਵਾਰੀ ਹੁੰਦੀ ਸੀ ਗੱਡੀ, 130 ਸਵਾਰੀ ਹੁੰਦੀ ਸੀ PRTC ਵਿੱਚ, ਕੰਡਕਟਰ ਵਿਚਾਰੇ ਲੜਦੇ ਜਾਂਦੇ ਲਮਕਦੇ ਜਾਂਦੇ, ਕੋਈ ਡਿੱਗੀ ਸਵਾਰੀ ਜਾਂ ਡਿੱਗੇ ਡਰਾਈਵਰ ਤੋਂ ਕਲੇਮ ਲੈਂਦੇ ਸੀਗੇ। ਉਹਨੇ ਮੇਰੇ ਅੱਖਾਂ ਦੇ ਸਾਹਮਣੇ ਬੁੱਢੀ ਕਰਾਮਗੜ੍ਹ ਤੋਂ ਆਈ ਸੀ, ਸਾਜਲੀ ਪਿੰਡ ਸੀ ਉਹਦਾ, ਉਹ ਬੱਸ ਨੂੰ ਹੱਥ ਪਾਉਣ ਲੱਗੀ ਸਰਥੇ ਤੋਂ ਜਾਣਾ ਦੀ ਗੱਡੀ ਨੇ, ਖੰਨੇ ਤੋਂ ਗੱਡੀ ਆਈ ਸੀ, ਰਾਮਗੜ੍ਹ ਤੋਂ ਸਵਾਰੀ ਭਰ ਕੇ ਆਈ, ਉਰੇ ਆ ਕੇ ਬੁੜੀ ਦੇ ਹੱਥ ਬੈਠ ਡਿੱਗੀ, ਉਹਦੇ ਪੈਰ ਮਗੇ ਮਾਰਦੀ ਗੱਡੀ ਦੇ ਟਾਇਰਾਂ ਥੱਲੇ ਆ ਗਏ। ਉਹ ਡਰਾਈਵਰ ਤੋਂ 1,70,000 ਰੁਪਏ ਲੱਤਾ ਹੈ ਬੇਕਸੂਰਤ ਬਜ਼ੁਰਗ ਤੋਂ। ਉਹ ਬਜ਼ੁਰਗ ਇੱਕ ਡਰਾਈਵਰ ਬੰਦਾ ਜਿਹੜਾ 500 ਰੁਪਏ 450 ਰੁਪਏ ਦਿਹਾੜੀ ਕਰ ਰਿਹਾ, ਉਹਨੂੰ 1,70,000 ਰੁਪਏ ਦੇਣਾ ਕਿੰਨਾ ਮੁਸ਼ਕਲ ਲੱਗਿਆ। ਜੇ ਹੁਣ ਕੇਸ ਪੈਂਦਾ ਕੱਲ੍ਹ ਨੂੰ ਕੋਰਟ ਦਾ ਹੁਕਮ ਕੀ ਕਰ ਦੇ, ਸਜ਼ਾ ਵੀ ਦੇ ਸਕਦੀ ਆ, ਬਰੀ ਵੀ ਕਰ ਸਕਦੀ ਆ, ਅਗਲਾ ਕਹਿੰਦੇ ਬੱਚੇ ਪਾਲ ਦਿਆਂਗੇ, ਠੀਕ ਨਾ। ਕਾਨੂੰਨ ਵੱਡੀ ਗੱਡੀ ਤੱਕ ਲਾਗੂ ਹੁੰਦਾ, ਮੈਂ ਅੱਗੇ ਸੁੱਟ ਨਹੀਂ ਹੁੰਦਾ, ਜਾਂ ਕਾਨੂੰਨ ਇੱਦਾਂ ਬਣਾਵੇ ਜਿਹਦੀ ਗਲਤੀ ਆ ਉਹਨੂੰ ਸਜ਼ਾ ਮਿਲੇ, ਜਿਹਦੀ ਗਲਤੀ ਬੰਦਾ ਕਰਦਾ ਉਹ ਜਿਹਨੇ ਹੁੰਦਾ ਅਗਰ ਖੜੀ ਗੱਡੀ ਦੇ ਵਿੱਚ ਲੈ ਕੇ ਪਿੱਛੋਂ ਮਾਰਦੇ ਨੇ, ਉਹ ਜੀ ਡਰਾਈਵਰ ਦਾ ਕੀ ਕਸੂਰ ਹੈਗਾ? ਠੀਕ ਹੈ ਨੀ, ਵੀ ਜਿਹੜਾ ਕਾਨੂੰਨ ਹੈ ਸਭ ਵਾਸਤੇ ਲਾਗੂ ਕੀਤਾ, ਵੀ ਜਿਵੇਂ ਜਿਹਦੀ ਗਲਤੀ ਆ ਉਹਨੂੰ ਸਜ਼ਾ ਬਣਨੀ ਚਾਹੀਦੀ। ਮੈਂ ਤਾਂ ਇਹੀ ਮੰਗ ਕਰਦਾ ਸਰਕਾਰ ਤੋਂ ਵੀ ਜਿਹੜੇ ਵੀ ਕੋਈ ਕਾਨੂੰਨ ਬਣਾਉਣ ਉਹਨੂੰ ਸਖ਼ਤ ਬਣਾਓ, ਵੀ ਜਿਹਦੀ ਗਲਤੀ ਉਹਨੂੰ ਸਜ਼ਾ ਮਿਲੇ। ਸੋ ਕੇਂਦਰ ਸਰਕਾਰ ਵੱਲੋਂ ਜਦੋਂ ਤੋਂ ਜਿਹੜਾ ਇਹ ਕਾਨੂੰਨ ਹੈ ਹਿੱਟ ਐਂਡ ਰਨ ਹੈ ਜਿਹੜਾ ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਬੱਸਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਵਾਰੀਆਂ ਚੜ੍ਹ ਜਾਂਦੇ ਨੇ, ਕਿਉਂਕਿ ਅਗਲੇ ਨੇ ਕੰਮਾਂ ਕਾਰਾਂ 'ਤੇ ਜਾਣਾ, ਉਸ ਤੋਂ ਬਾਅਦ ਕੋਈ ਘਟਨਾ ਵਾਪਰਦੀ ਹੈ, ਸੋ ਸਾਰਾ ਜ਼ਿੰਮਾ ਉਹ ਡਰਾਈਵਰ ਅਤੇ ਕੰਡਕਟਰ ਦੇ ਸਿਰ 'ਤੇ ਆਉਂਦਾ। ਸੋ ਹੋਰ ਵੀ ਸਾਡੇ ਨਾਲ ਮੌਜੂਦ ਨੇ, ਭਾਅ ਜੀ ਕਿੱਥੇ ਜਾਣਾ ਤੁਸੀਂ? ਸੰਗਰੂਰ ਜਾਣਾ ਜੀ। ਕਿੰਨਾ ਕੁ ਸਮਾਂ ਹੋ ਗਿਆ ਉਰੇ ਖੜੇ?
ਅੱਧਾ ਘੰਟਾ ਹੋ ਗਿਆ ਖੜਿਆ, ਕੋਈ ਬੱਸ ਨੂੰ ਮਿਲ ਨਹੀਂ ਰਹੀ। ਬੱਸ ਪਹਿਲਾਂ ਹੀ ਸੀਟਾਂ ਬੁੱਕ ਆਉਂਦੀਆਂ ਨੇ, ਉਹ ਬੱਸ ਸਵਾਰੀ ਚਾੜਦੀ ਨਹੀਂ ਹੈ। ਨਹੀਂ ਰੂਟੀਨ ਦੇ ਵਿੱਚ ਜਾਂਦੇ ਹੋ ਜਾਂ ਅੱਜ ਸਪੈਸ਼ਲ? ਰੂਟੀਨ 'ਚ ਜਾਂਦੇ ਕੰਮ ਕਰਦੇ? ਹਾਂਜੀ ਜੀ। ਕਿੰਨਾ ਕੁ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ ਜਿਹੜਾ PRTC ਵੱਲੋਂ? ਦੇਖੋ ਇਹ ਸਰਕਾਰ ਦੀ ਨਲਾਇਕੀ ਆ ਅਸਲ ਦੇ ਵਿੱਚ। ਜੇ ਸਰਕਾਰ ਇਹੋ ਜਿਹੇ ਕਾਨੂੰਨ ਪਾਸ ਕਰੂਗੀ ਤਾਂ ਲੋਕਾਂ ਦਾ ਵਿਰੋਧ ਆ ਜਿਹੜਾ ਉਹ ਤਾਂ ਲਾਜ਼ਮੀ ਆ। ਇਹ ਕੇਂਦਰ ਸਰਕਾਰ ਨੇ ਆਪਦੀ ਮਨਮਾਨੀ ਕਰਨੀ ਸ਼ੁਰੂ ਕੀਤੀ ਆ। ਕਦੇ ਉਹ NRC ਵਰਗੇ ਕਾਨੂੰਨ ਲਿਆਉਂਦੇ ਨੇ, ਕਦੇ ਖੇਤੀ ਕਾਨੂੰਨਾਂ ਦੇ ਲਿਆਉਂਦੇ ਨੇ, ਮਤਲਬ ਆਪਦੀ ਮਨਮਰਜ਼ੀ ਕਰ ਰਹੇ ਨੇ। ਲੋਕਾਂ ਬਾਰੇ ਉਹਨਾਂ ਨੂੰ ਨਾ ਸੋਚਣ ਦਾ ਟਾਈਮ ਆ ਨਾ ਹੀ ਉਹਨਾਂ ਬਾਰੇ ਸੋਚ ਰਹੇ ਨੇ। ਹੁਣ ਵੀ ਜਿੱਥੇ ਇਹ PRTC ਵਰਕਰਾਂ ਵੱਲੋਂ ਇਹ ਜਿਹੜੀ ਮੰਗ ਉਠਾਈ ਜਾ ਰਹੀ ਆ ਵੀ ਅਸੀਂ ਜੀ ਸੀਟਾਂ ਨੇ ਜਿਹੜੀਆਂ ਉਨੀਆਂ ਹੀ ਸਵਾਰੀ ਲਵਾਂਗੇ, ਇਹਨਾਂ ਨੂੰ ਲੋਕਾਂ ਨੂੰ ਖੱਜਲ ਕਰਨ ਦੀ ਬਜਾਏ ਨਾਲ ਇਹ ਮੰਗ ਉਠਾਉਣੀ ਚਾਹੀਦੀ ਆ ਬਈ ਬੱਸਾਂ ਨੇ ਜਿਹੜੀਆਂ ਉਹਨਾਂ ਦੀ ਹੋਰ ਭਰਤੀ ਕੀਤੀ ਜਾਵੇ, ਬਜਾਏ ਇਸ ਦੇ ਵੀ ਉਹ ਸਵਾਰੀਆਂ ਨੂੰ ਖੱਜਲ ਖੁਆਰ ਕਰਨ। ਔਰ ਸਾਨੂੰ ਲੱਗਦਾ ਵੀ ਇਹਦੀਆਂ ਸਭ ਤੋਂ ਵੱਧ ਵਿਕਟਮ ਨੇ ਜਿਹੜੀਆਂ ਉਹ ਔਰਤਾਂ ਹੁੰਦੀਆਂ ਨੇ, ਕਿਉਂਕਿ ਔਰਤਾਂ ਨੇ ਜਿਹੜੀਆਂ ਉਹ ਭੱਜ ਕੇ ਬੱਸ ਨਹੀਂ ਚੜ੍ਹ ਸਕਦੀਆਂ ਅਤੇ ਬੰਦੇ ਨੇ ਜਿਹੜੇ ਫਿਰ ਵੀ ਭੱਜ ਕੇ ਬੱਸ ਚੜ੍ਹ ਜਾਂਦੇ ਨੇ, ਇਸ ਕਰਕੇ ਉਹ ਜ਼ਿਆਦਾ ਖੱਜਲ ਖੁਆਰ ਹੋ ਰਹੀਆਂ ਨੇ ਅਤੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਸਾਂ ਦੇ ਵਿੱਚ ਹੱਦ ਤੋਂ ਵੱਧ ਸਵਾਰੀਆਂ ਚੜ੍ਹ ਜਾਂਦੇ ਨੇ, ਕੋਈ ਘਟਨਾ ਵੀ ਵਾਪਰਦੇ ਤਾਂ ਸਾਰਾ ਜਿੰਮਾ ਜਿਹੜਾ ਡਰਾਈਵਰ ਅਤੇ ਕੰਡਕਟਰ ਦੇ ਸਿਰ? ਨਹੀਂ ਬਿਲਕੁਲ, ਇਹ ਇਹਨਾਂ ਦੀ ਗੱਲ ਜਾਇਜ਼ ਆ। ਉਹ ਇਹਦੇ ਨਾਲ ਨਾਲ ਇਹਨਾਂ ਨੂੰ ਹੋਰ ਬੱਸਾਂ ਦੀ ਭਰਤੀ ਦੀ ਜਿਹੜੀ ਡਿਮਾਂਡ ਆ ਉਹ ਵੀ ਕਰਨੀ ਚਾਹੀਦੀ ਆ। ਔਰ ਲੋਕਾਂ ਨੂੰ ਬਜਾਏ ਇਸ ਦੇ ਇਹ ਕਹਿਣ ਦੇ ਵੀ ਆਧਾਰ ਕਾਰਡ ਕਰਕੇ ਚੱਕਰ ਪਿਆ ਜਾਂ ਹੋਰ ਆ, ਲੋਕਾਂ ਨੂੰ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਅਤੇ ਉਹਦੇ ਖਿਲਾਫ਼ ਜਿਹੜਾ ਉਹ ਲੋਕਾਂ ਨੂੰ ਇਕਜੁੱਟਤਾ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੋ ਹੋਰ ਵੀ ਆਪਾਂ ਕਿਸੇ ਨਾਲ ਗੱਲਬਾਤ ਕਰ ਲੈਂਦੇ, ਕਿਉਂਕਿ ਅਕਸਰ ਇਸ ਸਮੇਂ ਦੇ ਵਿੱਚ ਅਸੀਂ ਦੇਖ ਲਿਆ ਇੱਕ ਠੰਡ, ਜਿਹੜਾ ਠੰਡ ਦਾ ਸਮਾਂ ਵੀ ਅਸੀਂ ਦੇਖ ਸਕਦੇ ਹੋ, ਆਲੇ ਦੁਆਲੇ ਜਿਹੜੀ ਧੁੰਦ ਹੈ ਉਹ ਪੂਰੀ ਕਹਿਰ ਦੀ ਪੈ ਰਹੀ ਹੈ। ਸੋ ਲੋਕਾਂ ਨੇ ਜਿਹੜਾ ਆਪਣੇ ਕੰਮਾਂ ਕਾਰਾਂ 'ਤੇ ਵੀ ਜਾਣਾ ਹੁੰਦਾ, ਸੋ ਲੋਕਾਂ ਨੇ ਆਪਣੇ ਜਿਹੜਾ ਕਾਲਜਾਂ ਦੇ ਵਿੱਚ ਵੀ ਜਾਣਾ ਹੁੰਦਾ, ਸੋ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਭਾਅ ਜੀ ਕਿੱਥੇ ਕਾਲਜ ਜਾ ਰਹੇ ਹੋ? ਹਾਂ। ਕਿੰਨਾ ਕੁ ਸਮਾਂ ਹੋ ਗਿਆ ਖੜੇ? 2 ਘੰਟੇ ਹੋ ਗਏ। ਬੱਸ ਮਿਲ ਨਹੀਂ ਰਹੀ? ਨਾ। ਕੀ ਕਹਿੰਦੇ ਨੇ ਬੱਸ ਦੇ ਡਰਾਈਵਰ? ਬੱਸ ਪਹਿਲੀ ਕੋਈ ਤਾਂ ਰੋਕਦੀ ਨਹੀਂ, ਕੋਈ ਅਸੀਂ ਲੈ ਜਾਂਦਾ ਨਹੀਂ। ਰੋਕਦੀ ਨਹੀਂ ਬੱਸਾਂ? ਸਿੱਧੀ ਲੈ ਜਾਂਦੇ? ਅਸੀਂ ਲੈ ਜਾਂਦੇ ਨੇ, ਜਿਹੜਾ ਰੋਕਦਾ 52 ਸਵਾਰੀਆਂ ਹੁੰਦੀਆਂ, 52 ਤੋਂ ਵੱਧ ਹੋ ਜਾਣ ਤਾਰ ਦਿੰਦੇ ਨੇ। ਤਾਰ ਦਿੰਦੇ ਨੇ? ਬਹੁਤ ਮਾੜੀ ਗੱਲ ਆ ਜੀ ਇਹ ਤਾਂ। ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ? ਇਹਨੂੰ ਅਸੀਂ ਬਹੁਤ ਮਾੜੀ ਗੱਲ ਕਹਿਣਾ ਚਾਹੁੰਦੇ ਜੀ, ਭਗਵੰਤ ਮਾਨ ਦੇ ਸਭ ਤੋਂ ਪੰਜਾਬ ਸਰਕਾਰ ਦੀ ਬਹੁਤ ਮਾੜੀ ਗੱਲ ਆ ਜੀ, ਸਰ ਪੜ੍ਹਾਈ ਖਰਾਬ ਹੁੰਦੀ ਆ ਜੀ। ਅਸੀਂ ਸਟੈਨੋ ਕਰਦੇ ਹਾਂ, ਜੇ ਕਲਾਸ 'ਚ ਲੇਟ ਹੋ ਜਾਈਏ ਤਾਂ 4 ਦਿਨਾਂ ਦਾ ਬੈਨ ਲਾ ਦਿੰਦੇ ਨੇ, 100 ਰੁਪਇਆ ਭਰਨਾ ਪੈਂਦਾ ਜੀ ਜੇ ਲੇਟ ਹੋ ਜਾਈਏ ਜੀ। ਕਿੰਨੇ ਕੁ ਵਜੇ ਜਿਹੜੀ ਕਲਾਸ ਲੱਗਦੀ ਹੈ? 9 ਵਜੇ ਲੱਗਦੀ ਹੈ ਜੀ, ਟਾਈਮ ਦੇਖ ਲਓ ਜੀ ਕਿੰਨਾ ਹੋ ਗਿਆ ਤੱਕ ਬੱਸ ਨਹੀਂ ਮਿਲੀ ਜੀ। ਸੋ ਦੇਖ ਸਕਦੇ ਹੋ ਨੌਜਵਾਨਾਂ ਨੇ ਆਪਣੇ ਕਲਾਸਾਂ ਦੇ ਵਿੱਚ ਵੀ ਜਾਣਾ, ਸੋ ਖੱਜਲ ਖਵਾਰ ਹੁੰਦੇ ਜਿਹੜੇ ਨੌਜਵਾਨ ਨੇ ਉਹ ਨਜ਼ਰ ਆ ਰਹੇ ਨੇ। ਬੱਸਾਂ ਵਾਲੇ ਕਈ ਵਾਰ ਕਹਿ ਰਹੇ ਨੇ ਕਿ ਬੱਸਾਂ ਰੋਕਦੇ ਹੀ ਨਹੀਂ। ਸੋ ਹੋਰ ਵੀ ਐਮ ਸਟੋਰੀਆਂ 'ਤੇ ਹੋਰ ਵੀ ਜਿਹੜੇ ਤੁਹਾਨੂੰ ਗੱਲਬਾਤ ਕਰਾਉਂਦੇ ਰਹਾਂਗੇ। ਭਵਾਨੀਗੜ੍ਹ ਤੋਂ ਯੁਵਰਾਜ ਹਸਨ ਦੀ ਰਿਪੋਰਟ।